ਅੱਜ ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਾਜ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਦੂਸਰਾ ਇਸ਼ੂ ਡਿਸਕਸ ਕਰੀਏ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੀ ਆਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਰੋਕੂ ਜਾਦੂ ਬਾਕਸ ਆਰਸੀਐਨ ਬੈਲ 5 ਕੈਨੇਡਾ ਸਪੈਕਟ੍ਰਮ ਫੇਸਬੁੱਕ ਆਨਲਾਈਨ ਸਟ੍ਰੀਮਿੰਗ ਟੀਵੀ 84 ਦੀ ਐਪ ਰਾਈਂ ਗਲੋਬਲ ਸੀਪੀਐਨ ਦੀ ਐਪ ਰਾਈਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਹੁਣ ਆਪਾਂ ਮੁੱਦੇ ਵੱਲ ਆਉਂਦੇ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਸੈਕੰਡ ਇਸ਼ੂ ਬਾਰੇ ਦੇਖੋ ਕਿਉਂਕਿ ਅੱਜ ਬਾਰੇ ਦਾ ਗਣਤੰਤਰ ਦਿਵਸ ਹੈ ਜੋ ਜਿੱਥੇ ਅਸੀਂ ਸਿੱਖਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਕਸ਼ਮੀਰੀਆਂ ਦੇ ਨਾਲ ਕੀ ਹੋ ਰਿਹਾ ਹੈ ਇਸ ਬਾਰੇ ਪਹਿਲੇ ਸੈਗਮੈਂਟਸ ਗੱਲ ਕੀਤੀ ਹੈ ਜੀ ਪਰ ਹੁਣ ਅਸੀਂ ਦੇਖਦੇ ਹਾਂ ਕਿ ਬਾਕੀ ਸੈਕਸ਼ਨ ਸੁਸਾਇਟੀ ਦਾ ਕੁਝ ਜਿਹੜੇ ਅਪਰ ਐਲੀਟ ਨੂੰ ਛੱਡ ਕੇ 40% ਤੋਂ ਜ਼ਿਆਦਾ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਨੂੰ ਇੱਕ ਵੇੜੇ ਦਾ ਖਾਣਾ ਨਸੀਬ ਨਹੀਂ ਜੀ ਔਰ ਜਿਹੜੇ ਬਾਹਰੋਂ ਗਏ ਲੋਕ ਵੀ ਅੱਜ ਜਦੋਂ ਤੁਸੀਂ ਕਿਸੇ ਨੂੰ ਜੇ ਕੁਐਸਚਨ ਪੁੱਛੋ ਦੁਨੀਆ 'ਚ ਕਿ ਵਾਟਸ ਦਾ ਰਿਪ ਵਿਚ ਇਜ਼ ਦਾ ਰਿਪ ਕੈਪੀਟਲ ਆਫ ਦਾ ਵਰਲਡ ਯੂ ਕੈਨ ਸੇ ਨਿਊ ਡੈਲੀ ਜੀ ਦਿੱਲੀ ਜਿਹੜੀ ਹੈ ਇਹਨੂੰ ਇਹ ਟਾਈਟਲ ਇੰਟਰਨੈਸ਼ਨਲ ਮੀਡੀਆ ਨੇ ਦਿੱਤਾ ਹੈ ਕਿ ਰਿਪ ਕੈਪੀਟਲ ਆਫ ਦਾ ਵਰਲਡ ਹੈ ਪਰ ਇਹ ਕਿਉਂਕਿ ਦਿੱਲੀ ਤੇ ਫੋਕਸ ਹੈ ਮੀਡੀਆ ਬਾਹਰ ਆ ਜਾਂਦਾ ਹੈ ਇਹ ਕੁਝ ਜਿਹੜੀ ਇਨਸਿਕਿਉਰਟੀ ਹੈ ਔਰ ਜੋ ਔਰਤਾਂ ਨਾਲ ਬੱਚਿਆਂ ਨਾਲ ਉੱਥੇ ਹੁੰਦੇ ਜਾਂ ਕਿਵੇਂ ਉੱਥੇ ਲੁਟੇਰਿਆਂ ਦੇ ਹੱਥ ਬਿਹਾਰ ਯੂਪੀ ਦੀਆਂ ਸਟੇਟਾਂ ਇਹ ਤਾਂ ਗੁੰਡੇ ਉਹਨੂੰ ਰਨ ਕਰਦੇ ਨੇ ਔਰ ਇੱਕ ਘਟਨਾ ਕਿਉਂਕਿ ਇਹਨੂੰ ਅਸੀਂ ਐਜ਼ ਅ ਨਿਊਜ਼ ਆਈਟਮ ਦੇਖ ਰਹੇ ਹਾਂ ਇਸ ਹਫ਼ਤੇ ਦੀ ਇੱਕ ਫਲਗੁਣੀ ਬੈਨਰਜੀ ਔਰ ਆਸ਼ੀਸ਼ ਪਾウダー ਜਰਨਲਿਸਟ ਨੇ ਜਿਹੜੀ ਇੱਕ ਸਟੋਰੀ ਕੀਤੀ ਹੈ ਇਹ ਬੰਗਾਲ ਨਾਲ ਰਿਲੇਟਡ ਇੱਕ ਹੋਰ ਜਿਹੜੀ ਹਿਊਸਟਨ ਦੇ ਪ੍ਰੋਫੈਸਰ ਤਾਂ ਹਸਬੰਡ ਵੀ ਪ੍ਰੋਫੈਸਰ ਦੀ ਡਿਸੇਬਲ ਡਾਟਰ ਜੀ ਔਰ ਇਹ ਜਿਹੜੀ ਕਿ ਆਪਣੇ ਬੰਗਾਲ ਨਾਲ ਪਿਆਰ ਕਰਦੀ ਹੈ ਅਕਸਰ ਆਣਾ ਜਾਣਾ ਉਹਦੇ ਨਾਲ ਕੀ ਹੋਇਆ ਮੈਂ ਸਮੇਂ ਦੀ ਸੀਮਾ ਮੈਂ ਬਹੁਤ ਡਿਟੇਲ ਜਿਹਨੂੰ ਨਹੀਂ ਪੜਾਂਗਾ ਪਰ ਇਸ ਸਟੋਰੀ ਦੀ ਜਿਹੜੀ ਇਸ ਸਟੋਰੀ ਦਾ ਸਿਰਲੇਖ ਹੀ ਹੈ ਡਿਸੇਬਲਡ ਡਾਟਰ ਸਟ੍ਰਿਪਡ ਐਂਡ ਮੋਲੈਸਟਡ ਬਾਈ ਵਿਲੇਜਰਸ ਇਨ ਫਰੰਟ ਆਫ ਹਰ ਆਈਜ਼ ਐਨ ਆਰ ਆਈ ਵਾਸ ਨੇਵਰ ਟੂ ਕਮ ਬੈਕ ਟੂ ਇੰਡੀਆ ਇਹ ਆਪਣੀ ਡਿਸੇਬਲ ਬੱਚੀ ਦੇ ਨਾਲ ਕਿਵੇਂ ਪਿੰਡ ਵਾਲਿਆਂ ਨੇ ਉਸ ਡਿਸੇਬਲ ਬੱਚੀ ਨੂੰ ਨਿਰਵਸਤਰ ਕੀਤਾ ਔਰ ਉਸ ਦੇ ਨਾਲ ਜੋ ਕੀਤਾ ਸਲੂਕ ਇਹ ਜਿਹੜੀ ਹੈ ਇਹ ਬੀਬੀ ਇਹ ਕਹਿੰਦੀ ਹੈ ਬਾਹਰ ਗਈ ਐਨ ਆਰ ਆਈ ਨੌਨ ਰੈਜ਼ੀਡੈਂਟ ਇੰਡੀਅਨ ਕਿ ਮੈਂ ਕਦੇ ਦੁਬਾਰਾ ਇੰਡੀਆ ਨਹੀਂ ਆਣਾ ਸ਼ੀ ਹੈਡ ਸਪੈਂਡ 6 ਡੈਕੇਡਸ ਆਫ ਆਫ ਹਰ ਲਾਈਫ ਇਨ ਬੰਗਾਲ ਬਿਫੋਰ ਰੈਲੋਕੇਟਿੰਗ ਟੂ ਹਿਊਸਟਨ ਇਨ ਦਾ ਯੂ ਐਸ कि छे द हक कि ओ पहला रही बंगाल ਦੇ ਵਿੱਚ 60 ਸਾਲ ਦੀ ਉਮਰ ਜਦੋਂ ਕਿ ਉਹ ਉਸ ਤੋਂ ਬਾਅਦ ਹਿਊਸਟਨ ਗਈ ਬਟ ਬਿਫੋਰ ਸੈਚਰਡੇ ਹਰ ਬਰਥਪਲੇਸ ਹੈਡ ਨੈਵਰ ਫੈਲਟ ਸੋ ਅਨਸੇਫ ਥ੍ਰੈਟਨਿੰਗ ਐਂਡ ਇਨਸਕਿਓ ਕਿ ਇਸ ਤੋਂ ਪਹਿਲਾਂ ਉਹਨੂੰ ਆਪਣੀ ਜਨਮ ਭੂਮੀ ਕਦੇ ਵੀ ਅਸੁਰੱਖਿਅਤ ਨਹੀਂ ਸੀ ਲੱਗਦੀ ਇੱਕ ਧਮਕੀ ਭਰੇ ਮਾਹੌਲ ਵਾਲੀ ਨਹੀਂ ਸੀ ਲੱਗਦੀ ਜੀ ਦਾ ਸੈਪਟੋ ਜਨਰੇਰੀਅਨ ਐਂਡ ਹਰ ਡਿਸੇਬਲਡ ਡਾਟਰ ਵਾਰ ਐਟ ਦਾ ਮਰਸੀ ਆਫ ਬਲੱਡ ਥਰਸਟੀ ਮਬ who assaulted the two and their driver with sticks and rods suspecting them to be child lifters before setting their car on fire i rate villagers stripped the daughter and molested her before looting their cash and valuables unhe 17 saalan <laughs> di bibi 60 saal bengal ch rahi 10 saal to itthe apni bachchi de naal oh gayi aur <laughs> kiven pind waleyan ne ude driver samet hamla kita car te ਉਦੀ ਬੱਚੀ ਨੂੰ ਜਿਵੇਂ ਮੈਂ ਕਿਹਾ ਵੀ ਬੇਆਬਰੂ ਕੀਤਾ ਜੀ ਔਰ ਅਲਟੀਮੇਟਲੀ ਉਹਨੂੰ ਜਿਹੜੀ ਹੈ ਕਾਰ ਨੂੰ ਵੀ ਅੱਗ ਲਾ ਦਿੱਤੀ ਉਹਨਾਂ ਦੀ ਕੈਸ਼ ਔਰ ਵੈਲਿਊਏਬਲਸ ਰੁੱਟ ਲਏ ਦਾ ਐਲਡਰਲੀ ਵੂਮਨ ਸ਼ਡਰਸ ਟੂ ਥਿੰਕ ਵਟ ਕੁਡ ਹੈਵ ਹੈਪਨਡ ਹੈਡ ਪੁਲਿਸ ਨਾਟ ਰੈਸਕਿਊਡ ਥੈਮ ਇਨ ਟਾਈਮ ਇਥਾ ਚੰਗੀ ਕਿਸਮਦਰ ਪੁਲਿਸ ਆ ਗਈ ਔਰ ਉਹਨਾਂ ਦਾ ਬਚਾਅ ਹੋ ਗਿਆ ਫੀਅਰ ਰਿਟ ਲਾਰਜ ਓਨ ਅ ਰਾਈਜ਼ ਦਾ 75 ਈਅਰ ਓਲਡ ਐਨ ਆਰ ਆਈ ਡਸਨਟ ਵਾਂਟ ਟੂ ਸਟੇ ਇਨ ਦਿਸ ਕੰਟਰੀ ਈਵਨ ਫਾਰ ਅ ਡੇ ਮੋਰ ਹਰ ਵਰਸਟ ਨਾਈਟਮੇਅਰ ਇਜ਼ ਓਵਰ ਸੋ ਇਜ਼ ਹਰ ਵਿਲ ਟੂ ਸਟੇ ਬੈਕ ਹੋਮ ਉਹਨੇ ਕਿਹਾ ਜੀ ਉਹਦੇ ਨਾਲ ਜੋ ਵਾਪਰਿਆ ਉਹ ਤਾਂ ਖਤਮ ਹੋਇਆ ਪਰ ਉਹਦੀ ਇਹ ਇੱਛਾ ਵੀ ਉਹਨੇ ਕਿਹਾ ਵੀ ਮੈਂ ਕਦੇ ਵਾਪਸ ਨਹੀਂ ਮੁੜਨਾ 75 ਸਾਲ ਉਹਦੀ ਉਮਰ ਹੈ ਜੀ ਪੁਲਿਸ ਔਨ ਸੰਡੇ ਅਰੈਸਟਡ 11 ਪੀਪਲ ਔਨ ਚਾਰजेस ਆਫ ਮੋਲੈਸਟੇਸ਼ਨ ਐਂਡ ਅਟੈਂਪਟ ਟੂ ਮਰਡਰ ਇਨ ਦਾ ਇਨਸੀਡੈਂਟ ਦੈਟ ਟੁੱਕ ਪਲੇਸ ਇਨ ਹੁਗਲੀਜ਼ ਬਾਲਾਗਰ ਇਹ ਹੁਗਲੀ ਬੰਗਾਲ ਦੇ ਵਿੱਚ ਹੈ ਨਾਈਨ ਮੋਰ ਨੇਮਡ ਇਨ ਦਾ ਐਫ ਆਈ ਆਰ ਆਰ ਐਬਸਕੌਂਡਿੰਗ ਨੌ ਜਿਹੜੇ ਨੇ ਭਗੌੜੇ ਨੇ ਦਾ ਔਮਨ ਹੈਡ ਰੈਲੋਕੇਟਿਡ ਟੂ ਦਾ ਯੂ ਐਸ 12 ਈਅਰਜ਼ Ago, along with her of along with her husband a retired professor of kalyani university to stay with her two elder daughters ke oda husband professor hai जी. aur wo elder daughters ko rehne layi migrate kite she she came back to india every few years to stay with her son and a younger daughter utthe unna da ik puttar aur ik tey si on saturday evening a e, 70 saalaan di bibi ji adi and her disabled daughter had gone to meet a relative ek rishtedar nu milan gaye aur unna de utte hamla hoya unne beebi kende vi pleaded with folded hands assi hath jodke unna ton jaddi hai daya di bhekh mangi but they were in no mood to listen to us par unna ne sanu bilkul nahi suneya some of them were carrying iron bars lohe de unna kol sariye si they hit us with stones and punched us sanu unne kutya unna naal jehda lathiyan naal maraya the elderly lady recounted her daughter ਇਹ ਟੀਚਰ ਹੈ ਇਹ ਕਲਿਆਣੀ ਸਕੂਲ ਹਾਲਾਂ ਡਿਸੇਬਲਡ ਹੈ ਵਿਚਾਰੀ ਪਰ ਉਹ ਟੀਚਰ ਹੈ ਕਲਿਆਣੀ ਸਕੂਲ ਚ ਈਵਨ ਸ਼ੋਡ ਹਰ ਆਈਡੈਂਟੀਟੀ ਕਾਰਡ ਉਹਨੇ ਆਪਣਾ ਆਈਡੈਂਟੀਟੀ ਕਾਰਡ ਦਿਖਾਇਆ ਬਟ ਥੈਟ ਵਾਸ ਆਫ ਨੋ ਯੂਜ਼ ਆਈ ਰੇਟ ਵਿਲੇਜਰਸ ਹੂ ਸਸਪੈਕਟਡ ਥੈਮ ਟ੍ਰਾਈਡ ਟੂ ਬਰਨ ਥੈਮ ਅਲਾਈਵ ਇਨਸਾਈਡ देयर ਕਾਰ ਉਹਨਾਂ ਨੂੰ ਕਾਰ ਚੋਂ ਜਿਉਂਦੇ ਹੀ ਸਾੜਨ ਲੱਗੇ ਸੀ ਦੇ ਸਪਰੇਡ ਏ ਪੈਟਰ ਲਾਈਕ ਲਿਕਵਿਡ ਔਨ ਦਾ ਕਾਰ ਐਂਡ ਵਰ ਅਬਾਊਟ ਟੂ ਸੈਟ ਇਟ ਅ ਫਾਇਰ ਵੈਨ ਪੁਲਿਸ ਅਰਾਈਵਡ ਆਈ ਹੈਵ ਨੇਵਰ ਸੀਨ ਸੱਚ ਬਰੂਟੈਲਿਟੀ ਮੈਂ ਇਦਾਂ ਦਾ ਜ਼ੁਲਮ ਕਦੇ ਨਹੀਂ ਦੇਖਿਆ ਦਾ elderly woman said the car was set on fire after we left said an officer of balagar police police ਵੀ ਆ ਗਈ ਉਹ ਤਾਂ ਬਚ ਗਏ ਪਰ ਪੁਲਿਸ ਦੇ ਆਣ ਦੇ باوجود ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਉਹ ਕਾਰ ਨੂੰ ਵੀ ਅੱਗ ਲਾ ਦਿੱਤੀ ਔਰ ਇਹ ਅੱਗੇ ਲੰਬੀ ਚੌੜੀ ਸਟੋਰੀ ਹੈ ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ ਸਿੱਖਾ ਮੁਸਲਮਾਨਾ ਇਸਾਈਆਂ ਬਾਕੀ ਅਕਲੀਤਾ ਨਾਲ ਕੀ ਹੁੰਦਾ ਉਹਦੀ ਗੱਲ ਕੀਤੀ ਹੈ ਤੇ ਇਹ ਧਿਆਨ ਰਹਿ ਕਿ ਇਹ Hindu ਪਰਿਵਾਰ ਦੀ ਬੀਬੀ 75 ਸਾਲਾਂ ਦੀ ਆਪਣੀ ਡਿਸੇਬਲ ਬੱਚੀ ਦੇ ਨਾਲ ਜੂ ਦੇ ਨਾਲ ਹੋਇਆ ਔਰ ਇਹ ਕੋਈ ਇੱਕ ਘਟਨਾ ਨਹੀਂ ਹੈ ਇਸ ਕਿਸਮ ਦੀਆਂ ਬਹੁਤ ਸਿਕੋ ਕਿ ਅੱਜ ਹੀ ਦੀ ਮੇਰੇ ਸਾਹਮਣੇ ਆਈ ਔਰ ਉਸ ਮੁਲਕ ਦੇ ਵਿੱਚ ਕਿਵੇਂ ਲੱਖਾਂ ਬੱਚੇ ਜਿਹੜੇ ਨੇ ਉਹ ਮਾਲ ਨਿਊਟ੍ਰੀਸ਼ਨ ਪੋਲੀਓ ਦੂਸਰੀਆਂ ਬਿਮਾਰੀਆਂ ਦਾ ਸ਼ਿਕਾਉਣ ਯੂਐਨ ਦੀ ਜਾਂ ਯੂਨੀਸੈਫ ਦੇ ਪ੍ਰੋਗਰਾਮ ਉੱਥੇ ਇਨਵੋਲ ਹੁੰਦੇ ਨੇ ਬਿਲੀਅਨਸ ਆਫ ਡਾਲਰਸ ਜਾਂਦੇ ਨੇ ਪਰ ਇਹਦੇ ਬਾਵਜੂਦ ਕਿਵੇਂ ਈਵਨ ਪੋਲੀਓ ਵਰਗੀ ਜਿਹੜੀ ਬਿਮਾਰੀ ਜਿਹੜੀ ਉਸ ਖਿੱਤੇ ਤੋਂ ਆਲਮੋਸਟ ਇੱਕ ਖਾਸ ਜਿਹੜੀ ਸੀ ਉਹ ਖਤਮ ਹੋ ਗਈ ਸੀ ਉਹ ਦੁਬਾਰਾ ਕਿਵੇਂ ਵਾਪਸ ਮੁੜੀ ਹੈ ਨਾਲ ਦੇ ਨਾਲ ਮੈਂ ਇੱਕ ਖਬਰ ਟਾਈਮਜ਼ ਆਫ ਇੰਡੀਆ ਦੀ ਸੀ ਕਿ ਗੁਜਰਾਤ ਇਗਨੋਰਸ World Health Organization's vaccine warning a vaccine warning polio virus hits back ਜੀ ਹੁਣੇ ਗੁਜਰਾਤ ਬੜੀ ਡਿਵੈਲਪਡ ਸਟੇਟ ਮੋਦੀ ਦੀ ਔਰ ਫਲਾਣਾ ਤੇ ਟਿੰਕਾ ਉਹਨਾਂ ਨੇ ਕਿਹਾ ਕਿ ਜੀ ਜਿਹੜਾ World Health Organization ਨੇ ਵਾਰਨਿੰਗ ਦਿੱਤੀ ਜਦੋਂ ਉੱਥੋਂ ਕੁਝ ਸੈਂਪਲ ਗਏ ਹੋਣਗੇ ਉਹਨਾਂ ਨੇ ਇਗਨੋਰ ਕੀਤਾ ਔਰ ਪੋਲੀਓ ਦੀ ਜਿਹੜੀ ਵਾਇਰਸ ਹੈ ਔਰ ਵਾਪਸ ਆ ਗਈ ਦਾ ਸਿਟੀ ਇਜ਼ ਅਮੰਗ ਦਾ ਟੂ ਪਲੇਸਿਸ ਇਨ ਦਾ ਕੰਟਰੀ ਅਹਮਦਾਬਾਦ ਦੀ ਸਟੋਰੀ ਹੈ Which had triggered a World Health Organization alert about the return of the vaccine derived type 2 polio virus. The World Health Organization had warned the Gujarat government a few months back about the virus, but on January 7, three days ahead of the Vibrant Summit, the Center for Disease Control of the US put out a worldwide alert in the public interest. Hyderabad in Telangana was the other Indian city where the virus. ਵਾਸ ਸੈਡ ਟੂ ਬੀ ਮੇਕਿੰਗ ਅ ਕਮਬੈਕ ਹੁਣ ਇਹ ਜਿਹੜੀ ਵਾਇਰਸ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਐਲੀਮੀਨੇਟ ਕਰ ਦਿੱਤੀ ਉਹ ਜਿਹੜੀ ਹੈ ਅਹਮਦਾਬਾਦ ਚ ਵੀ ਹైదరాబాద్ ਚ ਵੀ ਔਰ ਅੱਗੇ ਇਹ ਲੰਬਾ ਚੌੜਾ ਹੈ ਕਿ ਕਿਵੇਂ ਗੁਜਰਾਤ ਦੀ ਹੋਰ ਥਾਵਾਂ ਦੇ ਉੱਤੇ ਇਹ ਜਿਹੜਾ ਹੈ ਉਹਨਾਂ ਨੇ ਵਾਪਸ ਇਹ ਵਾਇਰਸ ਮੁੜੀ ਹੈ ਸੋ ਇਹ ਉਹਨਾਂ ਦੀ ਬੜੀ ਮੋਸਟ ਐਡਵਾਂਸ ਸਟੇਟ ਦਾ ਹਾਲ ਹੈ ਤੇ ਜੇ ਅਸੀਂ ਓਵਰਆਲ ਬੱਚਿਆਂ ਦਾ ਹਾਲ ਇਹ ਸਭ ਤੋਂ ਜ਼ਿਆਦਾ ਦੁਨੀਆ 'ਚ ਕੋਵਿਡ ਦੇ ਮਰੀਜ਼ ਉੱਥੇ ਨੇ ਐਚ ਆਈਵੀ ਵਾਇਰਸ ਉੱਥੇ ਹੈ ਕਿਵੇਂ ਅੱਜ ਵੀ ਜਿਹੜੀਆਂ ਮਾਮੂਲੀ ਮਲੇਰੀਆ ਔਰ ਟਾਈਫੋਇਡ ਵਰਗੀਆਂ ਬਿਮਾਰੀਆਂ ਨਾਲ ਹਜ਼ਾਰਾਂ ਲੋਕ ਮਰਦੇ ਨੇ ਔਰ ਇਹ ਉਹਨਾਂ ਦਾ ਇੱਕ ਆਪਣਾ ਸਰਵੇ ਆਇਆ ਹੈ 1 ਆਊਟ ਆਫ 3 ਕਿਡਸ ਡਸਨਟ ਹੈਵ ਅ ਹੈਲਥੀ ਬਾਡੀ ਮਾਸ ਇੰਡੈਕਸ ਸਰਵੇ ਕਿ ਤਿੰਨਾਂ ਚੋਂ ਇੱਕ ਬੱਚਾ ਜਿਹੜਾ ਉਹ ਐਵਰੀ ਥਰਡ ਚਾਈਲਡ ਯਾਨੀ 33% ਤੋਂ ਜ਼ਿਆਦਾ ਜਿਹੜੀ ਬੱਚਿਆਂ ਦੀ ਪੋਪੂਲੇਸ਼ਨ ਹੈ ਉਹ ਇਹ ਮੁੰਬਈ ਬੇਸਡ ਆਲਮੋਸਟ 1 ਆਊਟ ਆਫ ਦਾ 3 ਸਕੂਲ ਗoing ਚਿਲਡਰਨ ਇਨ ਦਾ ਕੰਟਰੀ doesn't have a healthy body mass bmi and almost half of them lack enough lower body strength according aurunachal go adde jade ne unna de jada hethla taad hai wo shakti hi nahi mumbai students fared similarly on the fitness parameters conducted by ajusports school sports enterprise the survey covered 1.70 lakh students from across 86 cities and 26 states They, ਸਾਰੇ ਭਾਰਤ ਦਾ ਹਾਲ ਹੈ 26 ਸਟੇਟਾਂ ਦੇ 86 ਸ਼ਹਿਰਾਂ 'ਚ ਉਹਨਾਂ ਨੇ ਲਗਭਗ 2 ਲੱਖ 1 ਲੱਖ 70 ਹਜ਼ਾਰ ਸਟੂਡੈਂਟਸ ਤੇ ਜਿਹੜਾ ਇਹ ਕੀਤਾ ਸਰਵੇ ਉਹਨਾਂ ਨੇ ਜਿਹੜਾ ਸਪ੍ਰਿੰਟ ਕੈਪੈਸਿਟੀ ਇਨਫਲੈਕਸੀਬਿਲਟੀ ਅਪਰ ਐਂਡ ਲੋਅਰ ਬਾਡੀ ਸਟਰੈਂਥ ਔਰ ਇਸ ਲੰਬੀ ਚੌੜੀ ਇਹ ਰਿਪੋਰਟ ਹੈ ਕਿ ਕਿਵੇਂ ਅੱਧੇ ਜਿਹੜੇ ਨੇ ਉਹਨਾਂ ਦਾ ਲੋਅਰ ਧਾੜ ਜਿਹੜਾ ਉਹ ਸ਼ਕਤੀਹੀਣ ਹੈ ਔਰ ਜਿਹੜੇ ਨੇ 1/3 ਜਿਹੜੇ ਨੇ ਉਹਨਾਂ ਦਾ ਬਾਡੀ ਮਾਸ ਨਹੀਂ ਹੈ ਇਹ ਵੀ ਲੰਬੀ ਚੌੜੀ ਡੀਟੇਲ ਐਟ ਸਮ ਸੀਮਾ ਕਰਕੇ ਮੈਂ ਹੋਰ ਨਹੀਂ ਪੜਦਾ ਪਰ ਇਹ ਬਾਕੀ ਪੋਪੂਲੇਸ਼ਨ ਦਾ ਵੀ ਹਾਲ ਹੈ ਕਿ ਅਸੀਂ ਜ਼ਿਕਰ ਤਾਂ ਕੀਤਾ ਪਹਿਲੇ ਸੈਕਸ਼ਨ ਜਿਵੇਂ ਬਾਕੀਆਂ ਦਾ ਕੀ ਹੈ ਪਰ 70% ਦੀ ਤੋਂ ਜ਼ਿਆਦਾ ਕੋਲ ਉੱਥੇ ਸਾਫ਼ ਪਾਣੀ ਪੀਣ ਲਈ ਨਹੀਂ ਹੈ ਜੀ ਈਨੇ ਪਰਸੈਂਟ ਦੇ ਕੋਲ ਇਵਨ ਟਾਇਲਟ ਸਿਹਤ ਸਹੂਲਤਾਂ ਨਹੀਂ ਨੇ ਔਰ ਕਿਵੇਂ ਉੱਥੇ ਲੋਕ ਰਹਿੰਦੇ ਨੇ ਕਿਸ ਕਿਸਮ ਦਾ ਤੁਸੀਂ ਉਹਨਾਂ ਦੇ ਸਲਮਸ ਦੇ ਵਿੱਚ ਜਾ ਕੇ ਦੇਖੋ ਕੀ ਹਾਲ ਹੈ ਤੇ ਫਿਰ ਲੱਗਦਾ ਹੈ ਵੀ ਇਹ ਮਨੁੱਖਾ ਜੂਨ ਅਸੀਂ ਇੱਕ ਪਾਸੇ ਤਾਂ ਕਹਿੰਦੇ ਆ ਕਿ ਜੀ ਇਨਸਾਨੀ ਜ਼ਿੰਦਗੀ ਰੱਬ ਦੀ ਅੱਲਾਹ ਤਾਲਾ ਦੀ ਗਿਫਟ ਹੈ ਪਰ ਤੁਸੀਂ ਦੇਖਣਾ ਵੀ ਇਹ ਕਿਵੇਂ ਜੂਨ ਹੈ ਕਿਵੇਂ ਜਾਨਵਰਾਂ ਤੋਂ ਵੱਧਤਰ ਹੈ ਤੇ ਫਿਰ ਤੁਸੀਂ ਭਾਰਤ ਜਾ ਕੇ ਦੇਖੋ ਕਿ 70% ਦੀ ਲੋਕ ਕਿਸ ਕਿਸਮ ਦੀ ਜ਼ਿੰਦਗੀ ਜਿਉਂਦੇ ਨੇ ਔਰ ਕੰਪੇਅਰ ਕਰੋ ਇਹਨੂੰ ਚਾਈਨਾ ਦੇ ਨਾਲ ਚਾਈਨਾ ਵੀ ਆਲਮੋਸਟ ਤੋਂ ਫ੍ਰੀ ਹੋਇਆ ਉੱਥੇ ਘੱਟੋ-ਕੱਟ ਬੇਸਿਕ ਜਿਹੜੀਆਂ ਜ਼ਰੂਰਤਾਂ ਨੇ ਜ਼ਿੰਦਗੀ ਜਿਉਣ ਲਈ ਉਹ ਤਾਂ ਨੇ ਪਰਿਨਾਦੇ ਮਹਾਨ ਭਾਰਤ ਦੇ ਵਿੱਚ ਆਮ ਲੋਕਾਂ ਦੇ ਲਈ ਜ਼ਿੰਦਗੀ ਨਰਕ ਹੈ ਵਰੀਟੇਬਲ ਹੈਲ ਹੈ ਕੋ ਮਰਨ ਤੋਂ ਬਾਅਦ ਜੰਨਤ ਜਾਂ ਜੋਹਨਮ ਨਹੀਂ ਹੈ ਜਿਉਂਦੇ ਜੀ ਇਹ ਲੋਕ ਨਰਕਾਂ ਦੇ ਵਿੱਚ ਜਿਉਂਦੇ ਨੇ ਔਰ ਉੱਥੇ ਕੋਈ ਇਨਸਾਨੀ ਜ਼ਿੰਦਗੀ ਦੀ ਕੀਮਤ ਨਹੀਂ ਹੈ ਜੀ ਡਾਕਟਰ ਸਾਹਿਬ ਸਾਡਾ ਇਹ ਸੈਗਮੈਂਟ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬਹੁਤ ਹੀ ਦੁਖਦਾਈ ਘਟਨਾ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਇੱਥੇ ਲੈਨੇ ਆ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ